ਦੇਖੋ ਪਹਿਲਾ ਤਾਂ ਉਹਨਾਂ ਨੂੰ ਮੁਬਾਰਕਬਾਦ ਹੈ ਕਿ ਉਹ ਆਪਣੀ ਸਿਆਸੀ ਪਾਰੀ ਦੀ ਦੂਜੀ ਇਨਿੰਗ ਸ਼ੁਰੂ ਕਰਨ ਜਾ ਰਹੇ ਪਰ ਸ਼ਾਇਦ ਇੱਕ ਉਹਨਾਂ ਲਈ ਮੰਤ ਭਾਗੀ ਚੀਜ਼ ਆਏ ਹੈ ਕਿਉਂਕਿ ਜਿਹੜੇ ਪਰਿਵਾਰ ਨੂੰ ਉਹ ਬਿਲੋਂਗ ਕਰਦੇ ਸੀਗੇ ਉਸ ਪਰਿਵਾਰ ਨੂੰ ਛੱਡ ਕੇ ਜਾਣਾ ਚਾਹੇ ਉਹ ਸਰਦਾਰ ਬਿਆਨ ਸਿੰਘ ਜੀ ਦਾ ਪਰਿਵਾਰ ਸੀ ਔਰ ਚਾਹੇ ਕਾਂਗਰਸ ਦਾ ਪਰਿਵਾਰ ਹੈ ਜਿਸ ਪਰਿਵਾਰ ਨੇ ਉਹਨਾਂ ਨੂੰ ਬਹੁਤ ਕੁਝ ਦਿੱਤਾ ਸਰਦਾਰ ਬਿਹਨ ਸਿੰਘ ਜੀ ਜਿਨ੍ਹਾਂ ਨੇ ਪੰਜਾਬ ਲਈ ਸ਼ਹੀਦੀ ਦਿੱਤੀ ਔਰ ਜਿਨ੍ਹਾਂ ਨੇ ਮਤਲਬ ਕਿ ਅਤਵਾਦ ਦੇ ਟਾਈਮ ਦੇ ਵਿੱਚ ਆਪਣੇ ਸਰੀਰ ਤੇ ਬੰਬ ਵੀ ਝੇਲੇ ਤਦ ਹੀ ਅੱਜ ਅਸੀਂ ਸਾਰੇ ਇੱਕ ਉਸ ਸਕੂਨ ਵਾਲੇ ਮਾਹੌਲ 'ਚ ਜੀ ਰਹੇ ਹੈ ਕਿਆ ਤੇ ਇੱਕ ਕਾਂਗਰਸ ਪਾਰਟੀ ਜਿਹੜਾ ਕਿ ਉਹਨਾਂ ਦਾ ਪਰਿਵਾਰ ਹੈ ਜਿਨ੍ਹਾਂ ਨੇ ਉਹਨਾਂ ਨੂੰ ਇੱਕ ਜੂਨੀਅਰ ਲੀਡਰ ਹੁੰਦੇ ਹੋਏ ਵੀ ਬਹੁਤ ਕੁਝ ਦਿੱਤਾ ਤਿੰਨ ਵਾਰੀ ਐਮਪੀ ਬਣੇ ਤੇ ਕੁਝ ਤਾਂ ਮਜਬੂਰੀਆਂ ਰਹੀਆਂ ਹੋਣਗੀਆਂ ਜਿਹੜੀਆਂ ਉਹ ਚਲੇ ਗਏ ਪਰ ਜੇ ਉਹ ਗਏ ਆ ਤੇ ਕੀ ਸੋਚ ਕੇ ਗਿਆ ਉਹਨਾਂ ਨੂੰ ਜ਼ਿਆਦਾ ਬੈਟਰ ਪਤਾ ਹੋਏਗਾ ਕਿਤੇ ਇਦਾਂ ਨਹੀਂ ਹੈਗਾ ਕਿ ਉਹ ਆਪਣੀ ਹਾਰ ਮੰਨ ਚੁੱਕੇ ਸੀ ਕਾਂਗਰਸ 'ਚ ਰਹਿ ਕੇ ਇਸੇ ਕਰਕੇ ਉਹਨਾਂ ਨੇ ਬੀਜੇਪੀ ਦਾ ਪੱਲਾ ਫੜਿਆ ਕਿਉਂਕਿ ਉਹਨਾਂ ਨੂੰ ਲੱਗਦਾ ਸੀਗਾ ਕਿ ਬੀਜੇਪੀ 'ਚ ਜਾ ਕੇ ਸ਼ਾਇਦ ਮੈਂ ਜਿੱਤ ਜਾਵਾਂ ਹਾਰ ਜਿੱਤ ਦੇਖੋ ਸਭ ਆਪਣੇ ਕਰਮਾਂ ਦੀ ਹੈ ਆਪਣੇ ਨਸੀਬ ਦੀ ਗੱਲ ਹੈ ਤੇ ਜੇ ਜਦੋਂ ਤੱਕ ਲੜੇ ਹੀ ਨਹੀਂ ਉਦੋਂ ਤੱਕ ਹਾਰ ਮੰਨ ਲੈਣਾ ਤਾਂ ਮੈਨੂੰ ਲੱਗਦਾ ਹੈ ਕਿ ਫੇਰ ਉਹ ਬੀਜੇਪੀ 'ਚ ਗਏ ਹੀ ਚੰਗੇ ਆ ਖੱਲੇ ਤਾਂ ਇਲੈਕਸ਼ਨ ਅਨਾਉਂਸ ਹੋਇਆ ਅ ਢਾਈ ਮਿੰਟ ਅਲਮੋਸਟ ਪੂਰਾ ਟਾਈਮ ਤੇ ਆਇਆ ਤੁਸੀਂ ਸਾਰੀ ਪਾਰਟੀ ਤੁਹਾਡੇ ਨਾਲ ਹੈ ਲੁਧਿਆਣਾ ਇੱਕ ਐਸੀ ਸੀਟ ਹੈ ਜਿੱਥੇ ਤੁਸੀਂ ਦੇਖਿਆ ਹੋਊਗਾ ਲਗਾਤਾਰ ਸਾਰੇ ਐਮ ਐਲ ਏ ਜਿਹੜੇ ਸਾਡੇ ਐਕਸ ਐਮ ਐਲ ਏ ਕਾਂਗਰਸ ਤੇ ਵੀ ਰਹੇ ਆ ਸਾਡੇ ਪਾਰਟੀ ਔਰ ਦੇਦ ਆ ਰਹਾ ਹੈ ਉਹਨਾਂ ਨੇ ਸਭ ਨੂੰ ਉਹਨਾਂ ਨੂੰ ਸਪੋਰਟ ਦਿੱਤੀ ਹੈ ਲਗਾਤਾਰ ਉਹਨਾਂ ਦੀ ਮੀਟਿੰਗ ਚੱਲ ਰਹੀਆਂ ਸੀ ਜਿੱਥੇ ਜਿੱਥੇ ਉਹ ਉਦਘਾਟਨ ਕਰਨ ਵੀ ਜਾ ਰਹੇ ਸੀ ਜਾਂ ਜੋ ਕੋਈ ਮੀਟਿੰਗ ਵੀ ਲੈ ਰਹੇ ਸੀਗੇ ਤਾਂ ਹਰ ਕੋਈ ਕਾਂਗਰਸੀ ਜਿਹੜਾ ਆਰਗੇਨਾਈਜੇਸ਼ਨ ਨਾਲ ਬਿਲੋਂਗ ਕਰਦਾ ਜਾਂ ਕਾਉਂਸਲਰ ਹੈ ਉਹਨਾਂ ਦੇ ਨਾਲ ਉੱਥੇ ਕੰਦੇ ਦੇ ਨਾਲ ਕੰਦਾ ਮਿਲਾ ਕੇ ਖੜੇ ਕੇ ਤੇ ਦੂਜੇ ਘਰ ਜਾਓ ਰੋਟੀ ਕੱਟਦੀ ਮਿਲਦੀ ਹੈ ਪੂਰੀ ਨਹੀਂ ਮਿਲਦੀ ਜਿੰਨੇ ਆਪਣੀ ਪਾਰਟੀਆਂ ਆਪਣਾ ਪਰਿਵਾਰ ਚੰਗੀ ਤਰ੍ਹਾਂ ਦੇ ਸਕਦਾ ਆ ਅੱਛਾ ਚਲੋ ਰੋਟੀ ਦੀ ਗੱਲ ਕੀਤੀ ਸੀ ਤੇ ਦੂਜੇ ਪਾਸੇ ਕਿਹਾ ਜਾਂਦਾ ਵਾ ਕਿ ਹੁਣ ਕਿਤਨਾ ਕਿਤੇ ਕਾਂਗਰਸ ਪੱਖੋਂ ਪਾਤਪੂਸ਼ਨ ਆਸ਼ੂ ਜਿਹੜੇ ਨੇ ਉਹ ਬਤੌਰ ਐਮਪੀ ਦੇ ਇਲੈਕਸ਼ਨ ਵਾਸਤੇ ਖੜੇ ਹੋ ਸਕਦੇ ਨੇ ਦੇਖੋ ਇਹ ਬਹੁਤ ਥੱਲੇ ਇਮੇਚੁਰ ਜੀ ਗੱਲ ਹੈ ਕਿ ਆਸ਼ੂ ਜੀ ਇਲੈਕਸ਼ਨ ਲਈ ਖੜੇ ਹੋ ਸਕਦੇ ਆ ਜਦ ਤੱਕ ਪਾਰਟੀ ਕੁਝ ਡਿਸਾਈਡ ਨਹੀਂ ਕਰਦੀ ਉਹਨੇ ਦੇਰ ਤੱਕ ਇਹ ਕਹਿਣਾ ਬਿਲਕੁਲ ਹੀ ਬੇਫਜ਼ੂਲੀ ਹੋਏਗਾ ਆਸ਼ੂ ਜੀ ਲਈ ਇੱਕ ਗੱਲ ਇਹ ਹੈ ਕਿ ਜੋ ਪਾਰਟੀ ਉਹਨਾਂ ਦੀ ਡਿਊਟੀ ਲਾਏਗੀ ਉਹ ਮੱਥੇ ਤੇ ਕਬੂਲ ਕਰਨਗੇ ਐਸਾ ਤਾਂ ਨਹੀਂ ਹੈ ਕਿ ਬਿੱਟੂ ਜੀ ਗੇਨ ਤੇ ਆਨਲ ਦਿਨਾਂ ਚ ਕਿਤੇ ਆਸ਼ੂ ਜੀ ਵੀ ਪਾਰਟੀ ਛੱਡ ਕੇ ਕਿਤੇ ਹੋਰ ਕਿਸੇ ਜਾਂਦੇ ਪਾਸੇ ਨਜ਼ਰਾਂ ਕਿਉਂਕਿ ਸਮੀਕਰਨ ਬਦਲਦੇ ਦੇਰ ਨਹੀਂ ਲੱਗਦੀ ਆ ਸ਼ਾਇਦ 2021 ਤੋਂ ਸਾਰੇ ਜਨੇ ਆਸ਼ੂ ਜੀ ਨੂੰ ਭਾਜਪਾ 'ਚ ਭੇਜ ਰਹੇ ਆ ਉਸ ਤੋਂ ਬਾਅਦ ਆਸ਼ੂ ਜੀ ਇਲੈਕਸ਼ਨ ਹਾਰ ਵੀ ਚੁੱਕੇ ਆ ਉਸ ਤੋਂ ਬਾਅਦ ਅਸੀਂ ਵਿਜੀਲੈਂਸ ਦੇ 7 ਮਹੀਨੇ ਜੇਲ੍ਹ ਵੀ ਜਾ ਚੁੱਕੇ ਆ ਉਸ ਤੋਂ ਬਾਅਦ ਈਡੀ ਵੀ ਹੱਲੇ ਤੱਕ ਆ ਰਹੀ ਹੈ ਆਸ਼ੂ ਜੀ ਹੱਲੇ ਤੱਕ ਨਹੀਂ ਗਏ ਸਾਡੇ ਦੋਨਾਂ ਦਾ ਪਹਿਲਾ ਦਿਨ ਇਹ ਸਟੇਟਮੈਂਟ ਸੀ ਕਿ ਅਸੀਂ ਆਪਣੀ ਪਾਰਟੀ ਛੱਡ ਕੇ ਨਹੀਂ ਜਾਵਾਂਗੇ ਕੁਝ ਵੀ ਨਾ ਹੋਇਆ ਤਾਂ ਅਸੀਂ ਆਪਣੇ ਚੁੱਪ ਕਰਕੇ ਆਪਣੇ ਘਰ ਬੈਠਾਂਗੇ ਰਾਜਨੀਤੀ ਸਾਡੇ ਦੋਨਾਂ ਲਈ ਕੋਈ ਵੀ ਤੁਸੀਂ ਕਹਿ ਲਓ ਕਿ ਕੋਈ ਪ੍ਰੋਫਿਟ ਵਾਲਾ ਬਿਜ਼ਨਸ ਨਹੀਂ ਹੈ ਸਾਡੇ ਦੋਨਾਂ ਦੀ ਆਪਣੀ ਇੱਛਾ ਹੈ ਸਾਡਾ ਆਪਣਾ ਪੈਸ਼ਨ ਹੈ ਅਸੀਂ ਲੋਕਾਂ ਦੇ ਕੰਮ ਕਰਨਾ ਚਾਹੁੰਦੇ ਆਂ ਸੇਵਾ ਕਰਨਾ ਚਾਹੁੰਦੇ ਆਂ ਲੋਕਾਂ ਨੂੰ ਜਿੰਨੀ ਦੇਰ ਤੱਕ ਸੇਵਾ ਪਸੰਦ ਸੀ ਸਾਨੂੰ ਉਹਨਾਂ ਨੇ ਰਾਜਗਦੀ ਤੇ ਬਿਠਾ ਕੇ ਰੱਖਿਆ ਪਿਛਲੇ 5 ਸਾਲਾਂ ਦੇ ਕੰਮ ਨਹੀਂ ਪਸੰਦ ਆਏ ਸੀ ਅਸੀਂ ਹਾਰ ਗਏ ਪਰ ਜੇ ਹੁਣ ਤੁਸੀਂ ਦੇਖੋਗੇ ਤਾਂ ਜਿੱਦਾਂ ਹੀ ਆਸ਼ੂ ਜੀ ਜੇਲ੍ਹ ਤੋਂ ਬਾਹਰ ਆਇਆ ਤੇ ਇੱਕੋ ਦਮ ਫੇਰ ਉਹ ਵੇਵ ਚੱਲ ਰਹੀ ਹੈ ਕੀ ਹੈ ਤੇ ਕੋਈ ਐਸੀ ਉਹ ਨਹੀਂ ਹੈ ਕਿ ਆਸ਼ੂ ਜੀ ਨੇ ਬੀਜੇਪੀ ਤੇ ਜਾਣਾ ਹੈ ਮੈਂ ਪਹਿਲਾਂ ਵੀ ਇਹ ਕਹਿ ਰਹੀ ਸੀ ਆਸ਼ੂ ਜੀ ਵੀ ਇਹ ਕਹਿ ਚੁੱਕੇ ਆਂ ਔਰ ਮੈਂ ਅੱਜ ਵੀ ਤੁਹਾਨੂੰ ਇਹ ਕਹਿ ਰਹੀ ਆਂ ਕੁਛ ਵੀ ਹੋ ਜਾਏ ਹਰ ਚੀਜ਼ ਆਪਣੇ ਉੱਪਰ ਅਸੀਂ ਚੱਲਣ ਨੂੰ ਤਿਆਰ ਹੈ ਆਸ਼ੂ ਜੀ ਚੱਲਣ ਨੂੰ ਤਿਆਰ ਹੈ ਸਾਡੀ ਫੈਮਲੀ ਚੱਲਣ ਨੂੰ ਤਿਆਰ ਹੈ ਸਾਡੇ ਦੋਸਤ ਮਿੱਤਰ ਚੱਲਣ ਨੂੰ ਤਿਆਰ ਹੈ ਪਰ ਕਾਂਗਰਸ ਪਾਰਟੀ ਛੱਡ ਕੇ ਕਿਤੇ ਨਹੀਂ ਜਾ ਰਹੀ ਇੱਕ ਪਰਚਾਈ ਹਮੇਸ਼ਾ ਆਪਣੇ ਪਰ ਦੇਰ ਨੂੰ ਸਕਵਰ ਕਰਦੀ ਆਈ ਹੈ ਰਮਨੀ ਸਿੰਘ ਬਿੱਟੂ ਨੂੰ ਹੁਣ ਉਹੀ ਪਰਚਾਈ ਰਮਨੀ ਸਿੰਘ ਬਿੱਟੂ ਦੇ ਖਿਲਾਫ ਬੋਲੂਗੀ ਬਿਲਕੁਲ ਜੇ ਬੋਲਣਾ ਪਿਆ ਤਾਂ ਮੈਂ ਆਪਣੇ ਹਸਬੰਡ ਲਈ ਪੈਲਣਾ ਆ ਇੱਕ ਹਿੰਦੂ ਹਿੰਦੁਸਤਾਨੀ ਔਰ Hindu ਪਤਨੀ ਹੈ ਅੱਜਕਲ ਬਹੁਤ ਥੜਾ ਧਰਮ ਚੱਲ ਰਿਹਾ ਮੇਰਾ ਕਲਚਰ ਚਾਹੇ ਉਹ ਕਿਸੇ ਵੀ ਧਰਮ ਦਾ ਬਿਲੋਂਗ ਕਰਦਾ ਹੈ ਮੈਂ ਆਪਣੇ ਪਤੀ ਨਾਲ ਖੜੀ ਹਾਂ ਔਰ ਉਸ ਤੋਂ ਬਾਅਦ ਮੈਂ ਕਾਂਗਰਸ ਪਾਰਟੀ ਨਾਲ ਖੜੀ ਹਾਂ ਜਿਸ ਪਾਰਟੀ ਨੇ ਮੈਨੂੰ ਤਿੰਨ ਵਾਰੀ ਕੌਂਸਲਰ ਬਣਾਇਆ ਮੇਰੇ ਹਸਬੰਡ ਨੂੰ ਮੰਤਰੀ ਬਣਾਇਆ ਤੇ ਮੈਂ ਅਸੀਂ ਕੁਝ ਵੀ ਹੋ ਸਕਦੇ ਆ ਪਰ ਵਿਸ਼ਵਾਸ ਕਰਦੀ ਨਹੀਂ ਬਿਲਕੁਲ ਐਸੇ ਸੜੇਲਾ ਮੁੰਤਾ ਅਸ਼ੂ ਜਿਨ੍ਹਾਂ ਨੇ ਸਾਫ਼ ਤੌਰ ਤੇ ਕਿਤਨਾ ਕਿਤੇ ਆਪਣੇ ਸ਼ਬਦਾ ਦੇ ਵਿੱਚ ਰਮਨੀ ਸਿੰਘ ਬਿੱਟੂ ਨੂੰ ਵਿਸ਼ਵਾਸ ਘਾਤੀ ਕਹਿੰਦੇ ਹੋਏ ਨਜ਼ਰ ਆਏ ਨੇ ਲੋਜਾਨ ਦਾ ਰੋਹਿਤ ਗੁੱਡ న్యూਸ ਟੈਮ